ਹਾਂਜੀ, ਸਭ ਤੋਂ ਪਹਿਲਾਂ ਜੱਟਕੇ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਹੀ ਮਾੜੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਨਿਸ਼ੂ ਦੇਸਵਾਲ ਜੋ ਕਿ ਇੱਕ ਬਹੁਤ ਹੀ ਵਧੀਆ ਸਟੰਟਮੈਨ ਸੀ, ਉਹਨਾਂ ਦੇ ਸਟੰਟ ਦੌਰਾਨ ਮੌਤ ਹੋ ਗਈ ਹੈ। ਹਾਂਜੀ, ਹੁਣੇ ਹੁਣੇ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਹਨਾਂ ਦੇ ਸਟੰਟ ਕਰਦੇ ਦੌਰਾਨ ਟਰੈਕਟਰ ਦਾ ਐਕਸੀਡੈਂਟ ਹੋ ਗਿਆ ਅਤੇ ਟਰੈਕਟਰ ਪਲਟ ਗਿਆ, ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਜੋ ਬਹੁਤ ਹੀ ਮਸ਼ਹੂਰ ਸਟੰਟਮੈਨ ਸਨ ਅਤੇ ਉਹਨਾਂ ਦੇ ਇੰਸਟਾਗ੍ਰਾਮ ਉੱਤੇ ਵੀ 7 ਲੱਖ ਤੋਂ ਵੱਧ ਫਾਲੋਅਰ ਸਨ ਅਤੇ ਲੋਕ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਸਨ। ਉਹਨਾਂ ਦੇ ਵੀਡੀਓ ਕਾਫੀ ਜ਼ਿਆਦਾ ਇੰਸਟਾਗ੍ਰਾਮ ਅਤੇ ਯੂਟਿਊਬ ਉੱਤੇ ਦੇਖ ਸਕਦੇ ਹਾਂ ਸਟੰਟ ਕਰਦੇ ਸਮੇਂ। ਹਾਂਜੀ, ਇਹ ਮਾੜੀ ਖਬਰ ਹੁਣੇ ਹੁਣੇ ਸਾਹਮਣੇ ਆਈ ਹੈ, ਜਿਸ ਵਿੱਚ ਪਤਾ ਲੱਗਾ ਹੈ ਨਿਸ਼ੂ ਦੇਸਵਾਲ ਦੀ ਸਟੰਟ ਦੇ ਦੌਰਾਨ ਮੌਤ ਹੋ ਗਈ ਹੈ। ਅਰਦਾਸ ਜ਼ਰੂਰ ਕਰਿਓ। ਹਾਂਜੀ, ਨਿਸ਼ੂ ਦੇਸਵਾਲ ਬਹੁਤ ਹੀ ਵਧੀਆ ਸਟੰਟਮੈਨ ਸਨ ਅਤੇ ਲੋਕ ਉਹਨਾਂ ਨੂੰ ਕਾਫੀ ਜ਼ਿਆਦਾ ਉਹਨਾਂ ਦੇ ਸਟੰਟਾਂ ਨੂੰ ਵੀ ਪਸੰਦ ਕਰਦੇ ਸਨ। ਉਹਨਾਂ ਦੇ ਯੂਟਿਊਬ ਅਤੇ ਇੰਸਟਾਗ੍ਰਾਮ ਉੱਤੇ ਜਾ ਕੇ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ। ਇੰਸਟਾਗ੍ਰਾਮ ਉੱਤੇ ਉਹਨਾਂ ਦਾ ਪੇਜ ਵੀ ਹੈ ਨਿਸ਼ੂ ਦੇਸਵਾਲ, ਜਿਸ ਨੂੰ ਤੁਸੀਂ ਸਰਚ ਕਰ ਸਕਦੇ ਹੋ।